ਬੀਤੀ ਰਾਤ ਫਗਵਾੜਾ ਦੇ ਚੰਡੀਗੜ੍ਹ ਬਾਈਪਾਸ ਤੇ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸਤਨਾਮ ਸਿੰਘ ਬੀਤੀ ਰਾਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਚੰਡੀਗੜ੍ਹ ਬਾਈਪਾਸ ਤੋਂ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਹਸਤਾਗ੍ਰਸਤ ਹੋ ਗਿਆ। ਹਾਦਸੇ ਵਿੱਚ ਸਤਨਾਮ ਸਿੰਘ ਦੇ ਸਿਰ ਵਿੱਚ ਗਹਿਰੀ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਤਨਾਮ ਸਿੰਘ ਪਿੰਡ ਮੇਟਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਮੌਕੇ ਤੇ ਕੁਝ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਲਾਸ਼ ਨੂੰ ਮੋਰਚਰੀ ਘਰ ਵਿੱਚ ਜਮ੍ਹਾਂ ਕਰਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮਾਮਲਾ ਕੀ ਆ, ਇੱਕ ਜਿਹੜਾ ਐਕਸੀਡੈਂਟ ਆਇਆ ਵਾ? ਮਾਮਲਾ ਜੀ, ਕੱਲ੍ਹ ਰਾਤ ਨੂੰ ਸਤਨਾਮ ਸਿੰਘ ਜੀ ਆ ਰਹੇ ਸੀ ਮੋਟਰਸਾਈਕਲ ਤੋਂ ਚੰਡੀਗੜ੍ਹ ਬਾਈਪਾਸ 'ਤੇ। ਉੱਥੇ ਇਹਨਾਂ ਦਾ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਨਾ ਡਗਮਗਾ ਕੇ ਡਿੱਗ ਪਏ ਅਤੇ ਇਹਨਾਂ ਦੇ ਸਿਰ 'ਚ ਗਹਿਰੀ ਸੱਟ ਲੱਗੀ, ਜਿਹਦੇ ਨਾਲ ਕਰਕੇ ਇਹਨਾਂ ਦੀ ਨਾ ਉਸੇ ਵੇਲੇ ਮ੍ਰਿਤਕ ਹੋ ਗਈ। ਅਸੀਂ ਲੈ ਕੇ ਇੱਥੇ ਸਿਵਲ ਹਸਪਤਾਲ ਬੋਡੀ ਆਏ ਆ ਅਤੇ ਉਹਨਾਂ ਨੇ ਇਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸਾਰੇ ਕਿੱਥੇ ਦੇ ਰਹਿਣ ਵਾਲੇ? ਇਹ ਮੇਟਾ ਪਿੰਡ ਦੇ। ਮੇਟਾ ਪਿੰਡ ਦੇ? ਹਾਂਜੀ। ਅਤੇ ਆਪਾਂ ਨੂੰ ਕਿੰਨੇ ਕੁ ਵਜੇ ਪਤਾ ਲੱਗਾ? ਇਹ ਆਪਾਂ ਨੂੰ ਕੋਈ 10:30-11 ਵਜੇ ਦੇ ਗਏ। ਅਤੇ ਕਿੱਥੋਂ ਕਿੱਧਰੋਂ ਆ ਰਹੇ ਸੀਗੇ? ਇਹ ਇੱਧਰੋਂ ਚੰਡੀਗੜ੍ਹ ਬਾਈਪਾਸ। ਅਤੇ ਇਕੱਲੇ ਸੀਗੇ ਜੀ? ਹਾਂਜੀ, ਇਕੱਲੇ ਸੀ, ਮੋਟਰਸਾਈਕਲ ਦੇ ਉੱਤੇ ਇਕੱਲੇ ਸੀ। ਬੀਤੀ ਰਾਤ ਫਗਵਾੜਾ ਦੇ ਚੰਡੀਗੜ੍ਹ ਬਾਈਪਾਸ ਤੇ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸਤਨਾਮ ਸਿੰਘ ਬੀਤੀ ਰਾਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਚੰਡੀਗੜ੍ਹ ਬਾਈਪਾਸ ਤੋਂ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਹਸਤਾਗ੍ਰਸਤ ਹੋ ਗਿਆ। ਹਾਦਸੇ ਵਿੱਚ ਸਤਨਾਮ ਸਿੰਘ ਦੇ ਸਿਰ ਵਿੱਚ ਗਹਿਰੀ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਤਨਾਮ ਸਿੰਘ ਪਿੰਡ ਮੇਟਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਮੌਕੇ ਤੇ ਕੁਝ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਲਾਸ਼ ਨੂੰ ਮੋਰਚਰੀ ਘਰ ਵਿੱਚ ਜਮ੍ਹਾਂ ਕਰਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮਾਮਲਾ ਕੀ ਆ, ਇੱਕ ਜਿਹੜਾ ਐਕਸੀਡੈਂਟ ਆਇਆ ਵਾ? ਮਾਮਲਾ ਜੀ, ਕੱਲ੍ਹ ਰਾਤ ਨੂੰ ਸਤਨਾਮ ਸਿੰਘ ਜੀ ਆ ਰਹੇ ਸੀ ਮੋਟਰਸਾਈਕਲ ਤੋਂ ਚੰਡੀਗੜ੍ਹ ਬਾਈਪਾਸ 'ਤੇ। ਉੱਥੇ ਇਹਨਾਂ ਦਾ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਨਾ ਡਗਮਗਾ ਕੇ ਡਿੱਗ ਪਏ ਅਤੇ ਇਹਨਾਂ ਦੇ ਸਿਰ 'ਚ ਗਹਿਰੀ ਸੱਟ ਲੱਗੀ, ਜਿਹਦੇ ਨਾਲ ਕਰਕੇ ਇਹਨਾਂ ਦੀ ਨਾ ਉਸੇ ਵੇਲੇ ਮ੍ਰਿਤਕ ਹੋ ਗਈ। ਅਸੀਂ ਲੈ ਕੇ ਇੱਥੇ ਸਿਵਲ ਹਸਪਤਾਲ ਬੋਡੀ ਆਏ ਆ ਅਤੇ ਉਹਨਾਂ ਨੇ ਇਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸਾਰੇ ਕਿੱਥੇ ਦੇ ਰਹਿਣ ਵਾਲੇ? ਇਹ ਮੇਟਾ ਪਿੰਡ ਦੇ। ਮੇਟਾ ਪਿੰਡ ਦੇ? ਹਾਂਜੀ। ਅਤੇ ਆਪਾਂ ਨੂੰ ਕਿੰਨੇ ਕੁ ਵਜੇ ਪਤਾ ਲੱਗਾ? ਇਹ ਆਪਾਂ ਨੂੰ ਕੋਈ 10:30-11 ਵਜੇ ਦੇ ਗਏ। ਅਤੇ ਕਿੱਥੋਂ ਕਿੱਧਰੋਂ ਆ ਰਹੇ ਸੀਗੇ? ਇਹ ਇੱਧਰੋਂ ਚੰਡੀਗੜ੍ਹ ਬਾਈਪਾਸ। ਅਤੇ ਇਕੱਲੇ ਸੀਗੇ ਜੀ? ਹਾਂਜੀ, ਇਕੱਲੇ ਸੀ, ਮੋਟਰਸਾਈਕਲ ਦੇ ਉੱਤੇ ਇਕੱਲੇ ਸੀ।